ਤੇ ਦੋਸਤੋ ਅੱਜ ਦੀ ਵੀਡੀਓ ਚਾਪਾਈ ਹੀ ਗੱਲ ਕਰਨਾ ਵੀ ਜਿਹਦੇ ਕੋਲੇ ਟਰੈਕਟਰ ਹੈਗਾ ਸਾਰੇ ਸੰਦ ਹੈਗੇ ਆ ਉਹ ਠੇਕੇ 'ਚ ਕੀ ਬਚਾਊਗਾ 65000 ਨੂੰ ਕਿੱਲਾ ਜ਼ਮੀਨ ਲੈ ਕੇ ਜੇ 60000 ਦਾ ਝੋਨਾ ਤੇ 40000 ਦੀ ਕਣਕ ਨਿਕਲੇ ਜੇ ਨਿਕਲੇ ਤਾਂ ਚਲੋ ਜੀ ਕਰਦੇ ਆ ਸਟਾਰਟ ਵੀਡੀਓ ਵੀਡੀਓ ਨੂੰ ਲਾਸਟ ਤੱਕ ਦੇਖਿਆ ਜੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਜੇ ਬੈਲ ਆਈਕਨ ਜ਼ਰੂਰ ਦਬਾ ਦੇ ਜੀ ਤੇ ਦੋਸਤੋ ਕੱਲੀ ਕੱਲੀ ਡਿਟੇਲ ਤੁਹਾਡੇ ਅੱਗੇ ਰੱਖਾਂਗਾ ਚਲੋ ਜੀ ਕਰਦੇ ਆ ਸਟਾਰਟ ਤੇ ਦੋਸਤੋ ਤੁਸੀਂ ਮੰਨ ਲਓ ਵੀ 62000 ਨੂੰ ਤੁਸੀਂ ਪਹਿਲੀ ਠੇਕੇ ਤੇ ਲਈ 62 ਦਾ ਅੱਧ ਕਰ ਲਓ 31000 ਹੋ ਗਿਆ 31000 ਰੁਪਇਆ ਤੁਸੀਂ ਕਿਸਾਨ ਨੂੰ ਕਿੱਲੇ ਦਾ ਦੇਤਾ 31000 ਦੇਤਾ ਉਹਦੇ ਉਨ ਤੁਸੀਂ ਵਿਆਜ ਲਾ ਲੋ ਵਿਆਜ ਪਾ ਕੇ 3000 ਰੁਪਇਆ ਵਿਆਜ ਬਣਦੀ ਹੈ 34000 ਰੁਪਇਆ ਤੁਸੀਂ ਕਿਸਾਨ ਨੂੰ ਦੇਤਾ ਕਿਉਂਕਿ 3000 ਰੁਪਇਆ ਵਿਆਜ ਤੁਹਾਨੂੰ ਬੈਣੀ ਆ 34000 ਚੋਂ ਕਿੱਲਾ ਪਹਿਲੀ ਤੁਹਾਨੂੰ ਪਈ ਹੁਣ ਮੰਨ ਲਓ ਵੀ ਉਸ ਪੈਲੀ ਨੂੰ ਤਿਆਰ ਕਰਨ ਵਾਸਤੇ ਅਗਰ ਤੁਸੀਂ ਝੋਨਾ ਲਾਉਣਾ ਤਾਂ 2000 ਦਾ ਡੀਜ਼ਲ ਜਿਵੇਂ ਕਿ ਮਹਿੰਗਾਈ ਆ 2000 ਰੁਪਇਆ ਦਾ ਡੀਜ਼ਲ ਕਦੋਂ ਕਰਨ ਤੱਕ ਲੱਗੂਗਾ ਉਸ ਤੋਂ ਬਾਅਦ 700 ਰੁਪਏ ਦਾ ਡੀਏਪੀ ਦਾ ਗੱਟਾ ਉਸ ਦੇ ਵਿੱਚ ਪਾਉਂਗੇ ਅੱਧਾ ਗੱਟਾ ਜੇਕਰ ਤੁਸੀਂ ਪਾਉਂ ਤਾਂ ਉਸ ਤੋਂ ਬਾਅਦ 3500 ਰੁਪਿਆ ਝੋਨੇ ਦੀ ਲਵਾਈ ਘੱਟ ਤੋਂ ਘੱਟ ਮੰਨ ਕੇ ਚੱਲੋ ਉਸ ਤੋਂ ਬਾਅਦ 1000 ਦੀ ਪਨੀਰੀ 1 ਕਿਲੇ ਦੇ ਵਿੱਚ ਪਾਉਗੀ ਮੰਨ ਕੇ ਚੱਲੋ ਉਸ ਤੋਂ ਬਾਅਦ ਜੇਕਰ ਆਪਾਂ ਜ਼ਿੰਕ ਸਲਫੇਟ ਤੇ ਪੋਟਾਸ਼ ਪਾਈਏ ਨਾਲ ਸਲਫਰ ਪਾਈਏ ਤਾਂ 1900 ਰੁਪਏ ਦਾ ਖਰਚਾ ਆਉਂਦਾ ਜ਼ਿੰਕ ਸਲਫਰ ਤੇ ਪोटाश ਦਾ 1 ਕਿੱਲੇ ਦਾ ਉਸ ਤੋਂ ਬਾਅਦ 3 ਗੱਟੇ ਯੂਰੀਆ ਮਾਤਰਾ 1000 ਰੁਪਏ ਮੰਨ ਕੇ ਚੱਲੋ 3 ਗੱਟੇ ਯੂਰੀਆ ਦੇ ਪੈਣਗੇ ਤੁਹਾਡੇ ਤੁਸੀਂ 500 ਰੁਪਏ ਪਟੀਲਾ ਕਲੋਰ ਜਿਹੜੀ ਗੰਦ ਵਾਲੀ ਦਵਾਈ ਨਹੀਂ ਆਪਾਂ ਪਾਣੀ 'ਚ ਪਾਉਂਦੇ ਉਹਦਾ ਖਰਚਾ ਗਿਨੋ ਉਸ ਤੋਂ ਬਾਅਦ ਤੁਸੀਂ ਤਾਲ ਪਟਾਈ ਦਾ 1500 ਰੁਪਏ ਪ੍ਰਤੀ ਕਿੱਲਾ ਮੰਨ ਲਓ ਕਿਉਂਕਿ ਤਾਲ ਹੋ ਹੀ ਜਾਂਦਾ ਬਹੁਤ ਵਾਰੀ 1500 ਰੁਪਏ ਤੁਹਾਡਾ ਖਰਚਾ ਪ੍ਰਤੀ ਕਿੱਲਾ ਆਊਗਾ ਤਾਲ ਪਟਾਈ ਦਾ ਉਸ ਤੋਂ ਬਾਅਦ ਤੁਸੀਂ ਵੱਡੇ ਬੂਜਿਆਂ 'ਤੇ ਸਪਰੇਅ ਕਰੋਗੇ 123 ਦੀ 200 ਰੁਪਏ ਕਿੱਲਾ ਉਹ ਪਾਉਗੀ ਤੁਹਾਨੂੰ ਉਸ ਤੋਂ ਬਾਅਦ ਕੋਈ ਤੁਸੀਂ ਪ੍ਰੋਮੋਟ ਗ੍ਰੋਥਰ ਵੀ ਪਾਉਂਗੇ ਹਨਾ ਤੁਹਾਨੂੰ ਲਾਲਚ ਵੀ ਦੇਣਗੇ ਕੰਪਨੀ ਵਾਲੇ ਵੀ ਆਹ ਪਾ ਦਿਓ ਤੁਹਾਨੂੰ ਭੰਨ ਦੇਣਾ 70 ਮਾਣ ਝਾੜ ਨਿਕਲੂ 80 ਮਾਣ ਨਿਕਲੂ 500 ਰੁਪਏ ਦਾ ਤੁਸੀਂ ਉਹ ਖਰਚਾ ਕਰੋਗੇ ਪ੍ਰੋਮੋਟ ਗ੍ਰੋਥਰ ਤੇ ਉਸ ਤੋਂ ਬਾਅਦ ਤੁਸੀਂ ਲਾ ਲੋ ਵੀ 1000 ਰੁਪਏ ਦੀ ਫੰਗੀਸਾਈਡ ਦੀ ਸਪਰੇਅ ਕਰੋਗੇ ਚੰਗੀ ਜਦੋਂ ਝੋਨਾ ਅਨਸਾਰੇ ਤੇ ਹੋਇਆ ਹਜੇ ਪ੍ਰਾਣ ਦੀ ਗੱਲ ਤਾਂ ਆਪਾਂ ਕੀਤੀ ਨਹੀਂ 15 ਕਿਲੋ ਪ੍ਰਾਣ ਤੁਸੀਂ ਮੰਨ ਕੇ ਚੱਲੋ 1400 ਰੁਪਏ ਦੀ ਤੁਸੀਂ ਪ੍ਰਾਣ ਪਾਉਂਗੇ ਕਿੱਲੇ ਦੀ ਇੱਕ ਕਿੱਲੇ ਨੂੰ ਦੋ ਬਰਾਂ ਪ੍ਰਾਣ ਪਾਉਂਗੇ 1400 ਰੁਪਏ ਦੀ ਵੀ ਸੁੰਡੀ ਨਾ ਪੈ ਜੇ ਗੋਹ ਵਾਲੀ ਸੁੰਡੀ ਨਾ ਪੈ ਜੇ ਉਸ ਤੋਂ ਬਾਅਦ ਤੁਸੀਂ ਨਸਾਰੇ ਤੇ ਵੀ ਇੱਕ ਸਪਰੇਅ ਕਰੋਗੇ 1000 ਰੁਪਏ ਦੀ ਸੁੰਡੀ ਤੋਂ ਉਸ ਤੋਂ ਬਾਅਦ ਤੁਸੀਂ ਉਹਨੂੰ ਵਡੋਗੇ 1500 ਰੁਪਿਆ ਵढਾਈ ਤੁਸੀਂ ਦੋਗੇ ਮਸ਼ੀਨ ਵਾਲੇ ਨੂੰ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲੇ ਟਰੈਕਟਰ ਆਵਦਾ ਫਿਰ ਵੀ ਤੁਹਾਡਾ 1000 ਰੁਪਿਆ ਖਰਚਾ ਆ ਜਾਊਗਾ ਉਸ ਨੂੰ ਲੈ ਕੇ ਜਾਣ ਤੇ ਮੰਡੀ ਵਿੱਚ ਉਸ ਤੋਂ ਬਾਅਦ ਤੁਸੀਂ 800 ਰੁਪਿਆ ਦੋਗੇ ਰੀਪਰ ਮਰਵਾਈ ਦਾ ਦੇਖੋ ਜੀ ਕਿੰਨਾ ਖਰਚਾ ਆ ਟੋਟਲ ਖਰਚਾ ਆ ਜੀ 19500 ਰੁਪਿਆ ਮੰਡੀ ਤੱਕ ਜਾਣ ਦਾ ਤੇ ਜੇਕਰ ਆਪਾਂ ਵਿੱਚ ਠੇਕਾ ਐਡ ਕਰੀਏ ਤਾਂ ਟੋਟਲ ਖਰਚਾ ਆ ਗਿਆ 53500 ਰੁਪਿਆ ਹੁਣ 60000 ਰੁਪਏ ਦਾ ਝੋਨਾ ਆ 60 ਤੋਂ 1000 ਰੁਪਿਆ ਕੱਟਿਆ ਗਿਆ ਤਲਾਈ ਛਣਾਈ ਦਾ ਕੱਢ ਦਈਏ ਤਾਂ ਰਹਿ ਗਿਆ ਪਿੱਛੇ 55000 ਤਾਂ ਦੋਸਤੋ ਕਿਸਾਨ ਨੂੰ ਛਮਾਈ ਬਾਅਦ ਇੱਕ ਕਿੱਲੇ ਚੋਂ 5500 ਰੁਪਿਆ ਬਚਦਾ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਕਣਕ ਦੀ ਠੀਕ ਹੈ ਜੀ ਝੋਨੇ ਦਾ ਹਿਸਾਬ ਕਿਤਾਬ ਕਰ ਲਿਆ ਕਣਕ ਦਾ ਕਰਦੇ ਆ ਆ ਕਣਕ ਤੇ ਤੁਸੀਂ ਅੱਧਾ ਠੇਕਾ 31000 ਰੁਪਏ ਫੇਰ ਦਿੱਤਾ 6 ਮਹੀਨਿਆਂ ਦੀ ਵਿਆਜ ਲਾ ਕੇ 34000 ਰੁਪਏ ਜੇ ਤੁਹਾਨੂੰ ਕਿੱਲਾ ਪੈਲੀ ਫੇਰ ਪਈ ਹੁਣ ਤੁਸੀਂ ਕਣਕ ਵੇਜਣੀ ਆ ਉਹਨੂੰ ਵਾਉਂਗੇ 2200 ਦਾ ਡੀਜ਼ਲ ਮੱਚੂਗਾ ਜੇਕਰ ਟਰੈਕਟਰ ਤੁਹਾਡੇ ਆਪ ਦਾ ਉਸ ਤੋਂ ਬਾਅਦ 1000 ਰੁਪਏ ਦਾ ਤੁਸੀਂ ਵਿੱਚ ਬੀ ਪਾਉਂਗੇ ਜੇਕਰ ਬੀ ਤੁਹਾਡੇ ਘਰ ਦਾ ਤਾਂ 50 ਕਿਲੋ ਡੀਏਪੀ ਦਾ ਘੱਟਾ ਤੁਹਾਨੂੰ 1350 ਦਾ ਪਾਊਗਾ ਉਸ ਤੋਂ ਬਾਅਦ 1000 ਰੁਪਏ ਦੀ ਤੁਹਾਨੂੰ ਯੂਰੀਆ ਪਾਉਗੀ ਉਸ ਤੋਂ ਬਾਅਦ 1000 ਰੁਪਏ ਦੀ ਜੈਂਕ ਮੈਗਨੇਜ ਤੇ ਮੈਗਨੀਸ਼ੀਅਮ ਵਗੈਰਾ ਦੀ ਸਪਰੇ ਹੋ ਗਈ ਜੋ ਆਪਾਂ ਹੁਣ 2-3 ਵਾਰ ਕਰਦੇ ਆ 1000 ਰੁਪਏ ਦੀ ਤੁਹਾਨੂੰ ਗੰਦ ਵਾਲੀ ਦਵਾਈ ਪਾਉਗੀ ਵੀਰ ਜੀ ਇੱਕ ਤਾਂ ਲੋਰੀ ਹੁੰਦੀ ਹੈ ਇੱਕ ਬਾਥ ਹੁੰਦਾ ਉਹਨਾਂ ਨੂੰ ਦੋਵਾਂ ਨੂੰ ਮਿਕਸ ਕਰ ਲਈਏ ਤਾਂ 1000 ਰੁਪਏ ਖਰਚਾ ਆਉਂਦਾ ਤੇ ਉਸ ਤੋਂ ਬਾਅਦ 500 ਰੁਪਏ ਦੀ ਸਪਰੇ ਤੁਸੀਂ ਸੁੰਡੀ-ਸਾਂਡੀ ਤੇ ਵੀ ਕਰੋਗੇ ਐਂਡ ਜੇ ਤੇ ਤੇਲਾ ਵੀ ਪਾਇਆ ਜਾਂਦਾ ਉਸ ਤੋਂ ਬਾਅਦ 1000 ਰੁਪਏ ਲੇਬਰ ਦਾ ਖਰਚਾ ਮੰਨ ਕੇ ਚੱਲੋ ਜਿਵੇਂ ਕਿ ਤੁਸੀਂ ਸਪਰੇਅ ਕਰਾਉਣੀ ਵੀ ਆ ਤੇ ਯੂਰੀਆ ਵੀ ਸਟਾਉਣੀ ਕਿਸੇ ਤੋਂ ਆਪ ਤਾਂ ਤੁਸੀਂ ਸਟਾਣੇ ਨਹੀਂ ਕਿਸੇ ਤੋਂ ਹੀ ਕਰਵਾਉਂਗੇ ਉਹ 1000 ਰੁਪਏ ਲੇਬਰ ਲਾ ਲਓ ਤੁਸੀਂ 1500 ਰੁਪਏ ਤੁਸੀਂ ਲਾਓ ਕਣਕ ਦੀ ਵੜਾਈ 500 ਰੁਪਏ ਤੁਸੀਂ ਲਾਓ ਕਣਕ ਦੀ ਟੁਵਾਈ ਉਸ ਤੋਂ ਬਾਅਦ ਤੁਹਾਡਾ ਟੋਟਲ ਖਰਚਾ ਕਿੰਨਾ ਹੁੰਦਾ ਤੁਹਾਡਾ ਟੋਟਲ ਖਰਚਾ 11500 ਰੁਪਏ ਤੁਹਾਡਾ ਕਣਕ ਤੇ 1 ਕਿੱਲੇ ਤੇ ਖਰਚਾ ਆਉਂਦਾ ਹੁਣ ਜੇਕਰ ਆਪਾਂ ਜੋੜ ਲਈਏ 34000 ਤੁਸੀਂ ਠੇਕਾ ਦਿੱਤਾ ਥਣੇ ਵਿਆਜ 11500 ਰੁਪਏ ਖਰਚਾ ਆ ਗਿਆ ਤੋ ਤੁਹਾਡਾ ਟੋਟਲ ਖਰਚਾ ਆ ਗਿਆ 45000 ਰੁਪਏ 40000 ਦੀ ਤੁਹਾਨੂੰ ਕਣਕ ਹੋਈ 3000 ਰੁਪਏ ਦੀ ਤੁਹਾਨੂੰ ਤੂੜੀ ਬਚੀ ਚਲੋ ਤੁਸੀਂ ਤੂੜੀ ਵੀ ਬਚਾਈ 3000 ਰੁਪਏ ਤੁਹਾਨੂੰ ਤੂੜੀ ਬਚੀ 43000 ਰੁਪਏ ਖਰਚਾ ਹੋ ਗਿਆ ਤਾਂ 2000 ਰੁਪਏ ਤੁਹਾਨੂੰ ਕਣਕ ਤੋਂ ਪੱਲਿਓ ਦੇਣਾ ਪਿਆ ਉਧਰ ਤੁਹਾਨੂੰ ਝੋਨੇ 'ਚੋਂ ਬਚਿਆ ਸੀ 5500 ਰੁਪਏ 5500 'ਚੋਂ 2000 ਤੁਸੀਂ ਕਢਾ ਦਿਓ ਤੁਹਾਡੇ ਪੱਲੇ 3500 ਰੁਪਏ ਰਹਿ ਗਿਆ 3500 ਦਾ ਵੀ 3000 ਰੁਪਏ ਤੁਹਾਡੇ ਕੋਲੇ ਰਹਿ ਗਿਆ ਹੁਣ ਤੁਸੀਂ ਇੱਕ ਕਿੱਲਾ ਜ਼ਿਮੀਂਦਾਰ ਦੀ ਪੈਲੀ ਸੰਭਾਲੀ ਣਾੜੇਦਾਨੋਂ ਤੁਸੀਂ ਪੈਸੇ ਦਿੱਤੇ 3000 ਰੁਪਇਆ ਤੁਹਾਨੂੰ ਬਚਿਆ ਕਿੱਲੇ ਮਗਰ ਜੇਕਰ ਤੁਸੀਂ 10 ਕਿੱਲੇ ਜ਼ਮੀਨ ਲੈਂਦੇ ਹੋ ਤਾਂ 30000 ਰੁਪਇਆ ਬਚਿਆ ਹੁਣ ਤੁਸੀਂ 30000 ਚ ਪੂਰਾ ਸਾਲ ਸੀਰੀ ਲੱਗੇ ਰਹੇ ਹੋ ਇਹ ਦੇਖ ਲਓ ਤੁਸੀਂ 65 65000 ਨੂੰ ਪਹਿਲੀਆਂ ਠੇਕੇ ਲੈ ਕੇ ਉਹ ਕਿਸਾਨ ਕੀ ਬਚਾਊਗਾ ਇਹ ਉਹ ਕਿਸਾਨ ਆ ਜਿਹਦੇ ਕੋਲੇ ਸਾਰੇ ਸੰਧ ਆਉਂਦੇ ਨੇ ਜੇ ਮੇਰੇ ਵਰਗਾ ਹੋਵੇ ਨਾ ਕਿਰਾਏ ਤੇ ਕਰਾਉਣ ਵਾਲਾ ਉਹ ਤਾਂ ਫਿਰ 30000 ਰੁਪਇਆ ਕੋਲੋਂ ਦੇ ਕੇ ਸੀਰੀ ਲੱਗਣ ਵਾਲੀ ਗੱਲ ਆ ਤਾਂ ਦੋਸਤੋ ਇੰਨਾ ਕ ਬਚਤਾ ਮੈਨੂੰ ਸਮਝ ਨਹੀਂ ਆਉਂਦੀ ਵੀ 65000 ਰੁਪਏ ਚ ਕਿਵੇਂ ਬਚਾ ਲੈਂਦੇ ਕਿਉਂ ਅੱਜ ਕਿਸਾਨ ਕਰਜ਼ਾਈ ਕਿਉਂ ਹੋ ਰਿਹਾ ਇਸੇ ਕਰਕੇ ਹੋ ਰਿਹਾ ਕਿਉਂਕਿ ਠੇਕੇ ਦੇ ਚੱਕਰ ਚ ਹੋ ਰਿਹਾ ਮੈਂ ਖੁਦ 2 ਸਾਲ ਪਹਿਲੀ ਵਾਈ ਠੇਕੇ ਤੇ 5 ਲੱਖ ਦਾ ਕਰਜ਼ਾਈ ਹੋ ਗਿਆ ਠੇਕੇ ਦੇ ਪਹਿਲੀ ਲੈਣ ਨਾਲ ਜੇਕਰ ਤੁਸੀਂ ਕਰਜ਼ਾ ਚੜਾਉਣਾ ਹੈ ਤਾਂ ਠੇਕੇ ਦੇ ਪਹਿਲੀ ਲੈ ਲਓ ਤਾਂ ਦੋਸਤੋ ਮੇਰਾ ਇਸ ਵੀਡੀਓ ਵਿੱਚ ਆਹੀ ਕਹਿਣਾ ਸੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਜ਼ਰੂਰ ਦਬਾ ਦਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਓਕੇ ਬਾਏ ਲਵ ਯੂ